ਬੇਸਿਕ ਕਾਰਨ ਬਿਲਕੁਲ ਤੁਹਾਡੇ ਕਹਿੰਨਾ ਸਹੀ ਹੈ ਪੈਟਰੋਲ ਡੀਜ਼ਲ ਹੈ ਬਿਕੋਜ਼ ਟਰਾਂਸਪੋਰਟੇਸ਼ਨ ਰਿਲੇਟਡ ਹੈ ਔਰ ਬਿਨਾ ਟਰਾਂਸਪੋਰਟੇਸ਼ਨ ਦੇ ਹਿੰਦੁਸਤਾਨ ਕੀ ਵਰਲਡ ਦੀ ਕੋਈ ਵੀ ਕੰਟਰੀ ਪ੍ਰੋਪਰਲੀ ਚੱਲ ਨਹੀਂ ਸਕਦੀ ਭਾਰਤ ਪੈਟਰੋਲੀਅਮ ਦੇ ਵਿੱਚ ਇਸ ਵੇਲੇ ਕ腐ਸ਼ਨ ਚੱਲ ਰਹੀ ਹੈ ਜੇ ਉਹੀ ਸਰਕਾਰ ਕੰਟਰੋਲ ਕਰ ਲਵੇ ਨਾ ਮੇਰਾ ਖਿਆਲ ਹੈ 20 ਤੋਂ 25 ਰੁਪਏ ਪੈਟਰੋਲ ਤੇ ਇੰਨਾ ਕੀ 25 ਤੋਂ 27 ਰੁਪਏ ਡੀਜ਼ਲ ਆਰਾਮ ਨਾਲ ਸਰਕਾਰ ਇਹਨਾਂ ਦੇ ਰੇਟ ਘਟਾ ਸਕਦੀ ਹੈ ਰਿਫਾਈਨਿੰਗ ਤੱਕ ਰਿਫਾਈਨਿੰਗ ਤੋਂ ਲੈ ਕੇ ਡੀਲਰਸ ਦੀ ਜਿਹੜੀ ਸਪਲਾਈ ਹੁੰਦੀ ਹੈ ਉੱਥੇ ਤੱਕ ਇੰਨੇ ਸਟੈਪਸ ਐ ਇੰਨੀ ਕ腐ਸ਼ਨ ਐ ਵੀ ਜੇ ਮੈਂ ਬੋਲਣ ਲੱਗਾ ਮੇਰਾ ਖਿਆਲ ਹੈ ਵੀ 24 ਘੰਟੇ ਨਿਕਲ ਜਾਣ ਪਰ ਇਹ ਮੁੱਦਾ ਖਤਮ ਨਾ ਹੋਵੇ ਜਿਹੜੀ ਸਾਡੀ ਇੰਡੀਅਨ ਆਇਲ ਜਿਹੜੀ ਭਾਰਤ ਪੈਟਰੋਲੀਅਮ ਔਰ ਹਿੰਦੁਸਤਾਨ ਪੈਟਰੋਲੀਅਮ ਹੈ ਇਹ ਫੁੱਲ ਆਫ ਕਰਪਸ਼ਨ ਹੈ ਤੁਸੀਂ ਕੋਈ ਕੰਪਲੇਂਟ ਪਾ ਦਿਓ ਇਹਨਾਂ ਦੇ ਅਗੇਂਸਟ ਚਾਹੇ ਤੁਸੀਂ ਡੀਜੀਪੀ ਪੰਜਾਬ ਤੱਕ ਚਲ ਜਿਓ ਨਾਟ ਓਨਲੀ ਪੰਜਾਬ ਡੀਜੀਪੀ ਗੁਜਰਾਤ ਕੋਲ ਵੀ ਚਲ ਜਿਓ ਐਕਸ਼ਨ ਨਹੀਂ ਹੋਏਗਾ ਆਸੀ ਇਮਪਰੂਵਮੈਂਟ ਟਰਸਟ ਦੇ ਚੇਅਰਮੈਨ ਨੂੰ ਲੁਧਿਆਨੇ ਤੋਂ ਨੂੰ ਰੋ ਰਹੇ ਨੇ ਜੇ ਸਾਡੇ ਇੰਡੀਅਨ ਆਇਲ ਭਾਰਤ ਪੈਟਰੋਲੀਅਮ ਜਾਂ ਹਿੰਦੁਸਤਾਨ ਪੈਟਰੋਲੀਅਮ ਦੇ ਜਿਹੜੇ ਰਿਟਾਇਰਡ ਚੇਅਰਮੈਨ ਨੇ ਨਾ ਜਿੰਨਾਂ ਦੀ ਤੁਸੀਂ ਪ੍ਰੋਪਰ ਵੈਨਲ ਇਨਵੈਸਟੀਗੇਸ਼ਨ ਕਰ ਲੋ ਨਾ ਇਹਨਾਂ ਦੀ ਨੈਟਵਰਥ ਤੁਸੀਂ ਦੇਖ ਕੇ 당 ਦੇ 당 ਰਹਿ ਜਾਉਗੇ ਮਤਲਬ ਤੁਹਾਡੇ ਦੇ ਵੀ ਤਾਂ ਕਰ ਸਕਦੇ ਤੁਹਾਨੂੰ ਵੀ ਕੋਈ ਡਿਫਾਲਟ ਕਰ ਸਕਦੇ ਆ ਤੁਹਾਡੇ ਤੇ ਕੋਈ ਐਕਸ਼ਨ ਲੈ ਸਕਦੇ ਆ ਇਹ ਹਿੰਦੁਸਤਾਨ ਪੈਟਰੋਲੀਅਮ ਉਪਰਮ ਪਿਤਾ ਪਰਮਾਤਮਾ ਤੋਂ ਵੱਡਾ ਕੋਈ ਨਹੀਂ ਹੈ ਜੀ ਇਹਨਾਂ ਦੇ ਵਸ ਵਿੱਚ ਹੁੰਦੇ ਤਾਂ ਮੈਨੂੰ ਕਰਦਾ ਮਾਰ ਚੁੱਕਿਆ ਹੁੰਦਾ ਨਾ ਨੇਤਾ ਸਾਡੇ 2 ਡੀਲਰ ਹਰਿਆਣੇ ਦੇ ਵਿੱਚ ਸੁਸਾਇਡ ਕਰ ਚੁੱਕੇ ਆ ਉਹਨਾਂ ਦੇ ਅਫਸਰਾਂ ਦੇ ਨਾਮ ਨੇ ਦਰਜ ਐਫ ਆਈ ਆਰ ਦੇ ਵਿੱਚ ਉਹ ਸੁਸਾਇਡ ਦੀ ਐਫ ਆਈ ਆਰ ਵੀ ਇਹਨਾਂ ਨੇ ਬੰਦ ਕਰਾਤੀਆਂ ਔਰ ਉਹ ਦੋ ਅਫਸਰਾਂ ਨੂੰ ਹਿੰਦੁਸਤਾਨ ਪਟ੍ਰੋਲੀਆ ਵਾਲਿਆਂ ਨੇ ਪ੍ਰੋਮੋਸ਼ਨਾਂ ਦਿੱਤੇ जन हितेषी टीआरपी ਨਹੀਂ ਖਰੀਦਦੇ ਫਰੋਸਾ ਜਿੱਤੇ ਹੈ ਹਮ ਸਸ਼ੀਕਾਲ ਮੈਂ ਸੰਦੀਪ ਸ਼ਰਮਾਈ ਕੋ ਰਿਫੇਰ ਤੋਂ ਅੜਾ ਰੂਬਰੂ ਹੋ ਰਹੇ ਆ ਖਾਸ ਮੁਲਾਕਾਤ ਪ੍ਰੋਗਰਾਮ ਦੇ ਵਿੱਚ ਦੋਸਤੋ ਲਗਾਤਾਰ ਮਹਿੰਗਾਈ ਜਿਹੜੀ ਹੈ ਵੱਧਦੀ ਜਾ ਰਹੀ ਹੈ ਔਰ ਕਮਰ ਤੋੜੀ ਹੋਈ ਹੈ ਪੂਰੇ ਹਰ ਸੈਕਟਰ ਦੇ ਵਿੱਚ ਇਸ ਟਾਈਮ ਕੋਰ ਮੰਦੀ ਛਾਈ ਹੋਈ ਹੈ ਤੇ ਮਹਿੰਗਾਈ ਜਿਹੜੀ ਕਿ ਇੱਕ ਮਹਿੰਗਾਈ ਦਾ ਮੇਨ ਜਿਹੜਾ ਰੀਜ਼ਨ ਦੱਸਿਆ ਜਾਂਦਾ ਹਮੇਸ਼ਾ ਤੋਂ ਬੇਸ ਜਿਹੜਾ ਹੈ ਪੈਟਰੋਲ ਤੇ ਡੀਜ਼ਲ ਦੀ ਪ੍ਰਾਈਸਿਜ਼ ਮੰਨੀ ਜਾਂਦੀ ਹੈ ਕਿਉਂਕਿ ਪੈਟਰੋਲ ਤੇ ਡੀਜ਼ਲ ਹਰ ਇਨਸਾਨ ਦੀ ਮੂਢਲੀ ਜ਼ਰੂਰਤ ਬਣ ਚੁੱਕੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਪੈਟਰੋਲ ਤੇ ਡੀਜ਼ਲ ਦੇ ਵਿੱਚ ਸਾਰੇ ਟੈਕਸ ਟੋਕਣ ਦੇ ਬਾਵਜੂਦ ਵੀ ਜਿਹੜਾ ਇਸ ਨੂੰ ਜੇ ਸਹੀ ਕੁਛ ਇਹਦੇ ਸਰਕਾਰ ਵੱਲੋਂ ਕਦਮ ਚੱਕ ਲਿੱਤੇ ਜਾਂ ਤਾਂ ਇਹਦੇ ਵਿੱਚ ਅੱਜ ਵੀ 20 ਤੋਂ 25 ਰੁਪਏ ਪੈਟਰੋਲ ਡੀਜ਼ਲ ਸਸਤਾ ਹੋ ਸਕਦਾ ਹੈ ਯਾਨੀ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 60 ਤੋਂ 70 ਰੁਪਏ ਦੇ ਵਿੱਚ ਆਮ ਜਨਤਾ ਤੱਕ ਨੂੰ ਮਿਲ ਸਕਦੀਆਂ ਨੇ ਪਰ ਸਰਕਾਰ ਕਿਉਂ ਨਹੀਂ ਇਹ ਕਦਮ ਚੱਕਦੀ ਜਾਂ ਕੀ ਇਹ ਜਿਹੇ ਕਦਮ ਹੈਗੇ ਆ ਜਿਨ੍ਹਾਂ ਨੂੰ ਚੱਕ ਕੇ ਆਮ ਜਨਤਾ ਨੂੰ 70 60 ਤੋਂ 70 ਰੁਪਏ ਤੇ ਡੀਜ਼ਲ ਪੈਟਰੋਲ ਜਿਹੜਾ ਉਪਲਬਧ ਕਰਾਇਆ ਜਾ ਸਕਦਾ ਤੇ ਕਿਉਂ ਨਹੀਂ ਹੁੰਦਾ ਇਹ ਸਾਰੇ ਸਵਾਲਾਂ ਦੇ ਨਾਲ ਅੱਜ ਅਸੀਂ ਰੂਬਰੂ ਹੋ ਰਹੇ ਹਾਂ ਵਿਕਰਮ ਦੱਜੀ ਨਾਲ ਜਿਹੜੇ ਖੁਦ ਇੱਕ ਪੈਟਰੋਲੀਅਮ ਜਿਹੜੇ ਡੀਲਰ ਹੈਗੇ ਆ ਸੋ ਅੱਜ ਅਸੀਂ ਇਹਨਾਂ ਨਾਲ ਰੂਬਰੂ ਹੋਵਾਂਗੇ ਜਾਣਾਂਗੇ ਕਿ ਕਿੱਥੇ ਕਮੀ ਹੈਗੀ ਹੈ ਕਿਉਂ ਆਮ ਜਨਤਾ ਨੂੰ ਅੱਜ ਵੀ 60 ਤੋਂ 70 ਰੁਪਏ ਡੀਜ਼ਲ ਕਿੱਦਾਂ ਮਿਲ ਸਕਦਾ ਨਮਸਕਾਰ ਸਰ ਨਮਸਕਾਰ ਜੀ ਸ਼ਰਮਾ ਜੀ ਮੁੱਦਾ ਤੁਸੀਂ ਬਹੁਤ ਤਕੜਾ ਚੱਕਿਆ ਹੈ ਜਿੰਨੀ ਕੁ ਮੈਨੂੰ ਅਕਲ ਹੈ ਇਸ ਵੇਲੇ ਆਪਣੀ ਪਾਰਲੀਮੈਂਟ ਦਿੱਲੀ ਦੇ ਵਿੱਚ ਵੀ ਇਹੀ ਮੁੱਦੇ ਕਰਕੇ ਸ਼ੋਰ ਸ਼ਰਾਬਾ ਚੱਲ ਰਿਹਾ ਹੈ ਬੇਸਿਕ ਕਾਰਨ ਬਿਲਕੁਲ ਤੁਹਾਡਾ ਕਹਿਣਾ ਸਹੀ ਹੈ પેટ્રોલ ਡੀਜ਼ਲ ਹੈ ਬਿਕੋਜ਼ ਟਰਾਂਸਪੋਰਟੇਸ਼ਨ ਰਿਲੇਟਡ ਹੈ ਔਰ ਬਿਨਾ ਟਰਾਂਸਪੋਰਟੇਸ਼ਨ ਤੇ ਹਿੰਦੁਸਤਾਨ ਕੀ ਵਰਲਡ ਦੀ ਕੋਈ ਵੀ ਕੰਟਰੀ ਪ੍ਰੋਪਰਲੀ ਚੱਲ ਨਹੀਂ ਸਕਦੀ ਔਰ ਬੇਸਿਕ ਫਿਊਲ ਹੈ પેટ્રોલ ਅਤੇ ਡੀਜ਼ਲ ਜਿੰਨੀ ਸਾਡੀ ਇੰਡੀਅਨ ਆਇਲ ਹਿੰਦੁਸਤਾਨ ਪੈਟਰੋਲੀਅਮ ਜਾਂ ਭਾਰਤ ਪੈਟਰੋਲੀਅਮ ਦੇ ਵਿੱਚ ਐਸ ਵੇਲੇ ਕ腐ਸ਼ਨ ਚੱਲ ਰਹੀ ਹੈ ਜੇ ਉਹੀ ਸਰਕਾਰ ਕੰਟਰੋਲ ਕਰ ਲਵੇ ਨਾ ਮੇਰਾ ਖਿਆਲ ਹੈ 20 ਤੋਂ 25 ਰੁਪਏ ਪੈਟਰੋਲ ਤੇ ਇੰਨਾ ਕੀ 25 ਤੋਂ 27 ਰੁਪਏ ਡੀਜ਼ਲ ਆਰਾਮ ਨਾਲ ਸਰਕਾਰ ਇਹਨਾਂ ਦੇ ਰੇਟ ਘਟਾ ਸਕਦੀ ਹੈ ਇਹ ਮੁੱਦਾ ਐਡਾ ਜਿਆਦਾ ਵੱਡਾ ਹੈ ਇਹ ਸਟਾਰਟਿੰਗ ਜਿਹੜਾ ਆਪਾਂ ਕਰੂਡ ਆਇਲ ਲੈ ਕੇ ਆਨੇ ਆ ਉਹਦੀ ਜਿਹੜੀ ਸ਼ਿਪਿੰਗ ਤੋਂ ਲੈ ਕੇ ਰਿਫਾਈਨਿੰਗ ਤੱਕ ਰਿਫਾਈਨਿੰਗ ਤੋਂ ਲੈ ਕੇ ਡੀਲਰਸ ਦੀ ਜਿਹੜੀ ਸਪਲਾਈ ਹੁੰਦੀ ਹੈ ਉੱਥੇ ਤੱਕ ਇੰਨੇ ਸਟੈਪਸ ਐ ਇੰਨੀ ਕ腐ਸ਼ਨ ਐ ਵੀ ਜੇ ਮੈਂ ਬੋਲਣ ਲੱਗਾ ਮੇਰਾ ਖਿਆਲ ਹੈ ਵੀ 24 ਘੰਟੇ ਨਿਕਲ ਜਾਂ ਪਰ ਇਹ ਮੁੱਦਾ ਖਤਮ ਨਾ ਹੋਵੇ ਇਹ ਬਲੈਕ 골ਡ ਕਿਆ ਗਿਆ ਔਰ ਇਹਦੇ ਲਈ ਮਤਲਬ ਮੇਰੀ ਤੁਹਾਡੇ ਹੱਥ ਜੋੜ ਕੇ ਬੇਨਤੀ ਮੀਡੀਆ ਥਰੂ ਕੀ ਇਹਦੇ ਤੇ ਨਾ ਕੋਈ ਬਹੁਤ ਵੱਡੀ ਟੀਮ ਬੈਠੇ ਜੀ ਜਿਹਨੂੰ ਕਿ ਮੈਂ ਰੂਬਰੂ ਕਰਾ ਦੂੰਗਾ ਜੀ ਮੈਂ ਹੀ ਨਹੀਂ ਮੇਰੇ ਨਾਲ ਮੇਰੀ ਇੱਕ ਸਾਥੀ ਟੀਮ ਵੀ ਹੈਗੀ ਹੈ ਜਿਹੜੀ ਇਹ ਰੂਬਰੂ ਕਰਾ ਦੂਗੀ ਜੀ ਵੀ ਜਿਹੜਾ ਕਿ ਇਹ ਕਰਪਸ਼ਨ ਜਿਹੜੀ ਇਦੋ ਜਿਵੇਂ ਮੈਂ ਫੇਰ ਕਹਿ ਰਹੇ ਹਾਂ ਮਿਨਿਸਟਰੀ ਆਫ ਪੈਟਰੋਲੀਅਮ ਬਿਲਕੁਲ ਇਨਵੋਲਵ ਨਹੀਂ ਹੈ ਲੇਕਿਨ ਜਿਹੜੀ ਸਾਡੀ ਇੰਡੀਅਨ ਆਇਲ ਜਿਹੜੀ ਭਾਰਤ ਪੈਟਰੋਲੀਅਮ ਔਰ ਹਿੰਦੁਸਤਾਨ ਪੈਟਰੋਲੀਅਮ ਹੈ ਇਹ ਫੁੱਲ ਆਫ ਕ腐ਸ਼ਨ ਹੈ ਸੋ ਤੁਸੀਂ ਕਹਿ ਰਹੇ ਹੋ ਕਿ ਕਿਤੇ ਨਾ ਕਿਤੇ ਜਿਹੜੀ ਇਹ ਖੁਦ ਕੰਪਨੀਆਂ ਜਿਹੜੀ ਕਿ ਭਾਰਤ ਪੈਟਰੋਲੀਅਮ ਹਿੰਦੁਸਤਾਨ ਜਿਹੜੀ ਹੈਗੀ ਪੈਟਰੋਲੀਅਮ ਸੋ ਇਹ ਸਾਰੀਆਂ ਹੀ ਖੁਦ ਇੰਡੀਅਨ ਆਇਲ ਇਹੀ ਜਿਹੜੀ ਕ腐ਸ਼ਨ ਕਰ ਰਹੀਆਂ ਸਰ ਜੀ ਆ ਪਿੱਛੇ ਜੇ ਸਾਡੇ ਹਿੰਦੁਸਤਾਨ ਪੈਟਰੋਲੀਅਮ ਦੇ ਚੇਅਰਮੈਨ ਸਾਹਿਬ ਰਿਟਾਇਰ ਹੋਏ ਨੇ 31 ਅਪ੍ਰੈਲ ਨੂੰ ਆ ਉਹਦੇ ਤੇ ਮੈਂ ਤੁਹਾਨੂੰ ਪ੍ਰੂਫ ਦੇ ਦੂੰਗਾ ਉਦੇ ਸ਼ੰਕਰ ਜੀ ਨੇ ਉਹਨਾਂ ਨੇ ਥਰੂ ਡਾਕਟਰ ਅਕਿਲੇਸ਼ ਪ੍ਰਸਾਦ ਯਾਦਵ ਜਿਹੜੇ ਕਿ ਚੇਅਰਮੈਨ ਨੇ ਸਬੋਰਡੀਨੇਟ ਕਮੇਟੀ ਰਾਜ ਸਭਾ ਦੇ ਮੈਂਬਰ ਨੇ ਉਹਨਾਂ ਨੇ ਨੋਟਿਸ ਕੱਢਿਆ ਉਹਨਾਂ ਦੇ ਮੁਤਾਬਿਕ ਜੀ ਉਸ ਚੇਅਰਮੈਨ ਦੀ ਰਿਟਾਇਰਮੈਂਟ ਦੇ ਉੱਤੇ ਆਇਲ ਕੰਪਨੀ ਨੇ ਕਰੋੜਾਂ ਰੁਪਏ ਉਹਦੀ ਵਿਦਾਈ ਤੇ ਲਾਏ ਆ ਤੇ ਉਹ ਪੈਸਾ ਕਿਦਾ ਹੈ ਉਹ ਪੈਸਾ ਸਰਕਾਰ ਦਾ ਨਹੀਂ ਉਹ ਪੈਸਾ ਆਮ ਜਨਤਾ ਦਾ ਨਹੀਂ ਇਹ ਜਿੰਨੇ ਫਾਲਤੂ ਖਰਚੇ ਜਿੰਨੀ ਇਹ ਆਇਲ ਕੰਪਨੀਆਂ ਲਾਈਜ਼ਨਿੰਗ ਕਰ ਰਹੀਆਂ ਉਹ ਕਿਦੇ ਸਿਰ ਤੇ ਸੋ ਕਹਿਣ ਦਾ ਮਤਲਬ ਹੈ ਲਾਈਜ਼ਨਿੰਗ ਦੇ ਲਈ ਤੇ ਵੱਡੇ ਜਿਹੜੇ ਅਫਸਰ ਹੈ ਉਹਨਾਂ ਨੂੰ ਖੁਸ਼ ਕਰਨ ਦੇ ਲਈ ਜਿਹੜੇ ਹੈਗੇ ਆ ਐਦਾਂ ਦੀ ਕੋਈ ਇੱਕ ਅਲੱਗ ਹੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇੱਕ ਵੱਡੀ ਕਰਪਸ਼ਨ ਕੀਤੀ ਜਾ ਰਹੀ ਹੈ ਜਿਹਦੇ ਨਾਲ ਟੈਕਸਾਂ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਮੈਂ ਤੁਹਾਡੀ ਗੱਲ ਸਮਝ ਰਿਹਾ ਤੇ ਤੁਸੀਂ ਕਹਿ ਰਹੇ ਹੋ ਟੈਕਸਾਂ ਜਿਹੜੇ ਸਾਨੂੰ ਪੈ ਰਹੇ ਪੈ ਰਹੇ ਆ ਟੈਕਸਾਂ ਤੋਂ ਇਲਾਵਾ ਵੀ ਸਾਡੀ ਜੇਬ ਕੱਟੀ ਜਾ ਰਹੀ ਹੈ ਆਮ ਜਨਤਾ ਦੀ ਜੇਬ ਕੱਟੀ ਜਾ ਰਹੀ ਹੈ ਔਰ ਪੈਟਰੋਲੀਅਮ ਦੇ ਨਾਮ ਤੇ ਜੇ ਇਹ ਲੁੱਟ ਹੋ ਰਹੀ ਹੈ ਜਨਾਬ ਸਾਡੀ ਸਰਕਾਰ ਨੂੰ ਇਹ ਆਇਲ ਕੰਪਨੀਆਂ ਰੀਅਲ ਸੈਂਸ ਤੇ ਪੰਜਾਬੀ ਚ ਕਹੀਏ ਤਾਂ ਫੁੱਲ ਰਹੀਆਂ ਅੱਛਾ ਜੀ ਇਹ ਐਨਏ ਐਕਸਪਰਟ ਨੇ ਆਪਣੀ ਲਾਈਜ਼ਨਿੰਗ ਦੇ ਵਿੱਚ ਕਿ ਇਹਨਾਂ ਨੂੰ ਨਾ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਇਹਨਾਂ ਦਾ ਨਾਮ ਦਰਜ ਕਰ ਦੇਣਾ ਚਾਹੀਦਾ ਜੀ ਤੁਸੀਂ ਕੋਈ ਕੰਪਲੇਂਟ ਪਾ ਦਿਓ ਇਹਨਾਂ ਦੇ ਅਗੇਂਸਟ ਚਾਹੇ ਤੁਸੀਂ ਡੀਜੀਪੀ ਪੰਜਾਬ ਤੱਕ ਚਲ ਜਓ ਨਾਟ ਓਨਲੀ ਪੰਜਾਬ ਡੀਜੀਪੀ ਗੁਜਰਾਤ ਕੋਲ ਵੀ ਚਲ ਜਓ ਐਕਸ਼ਨ ਨਹੀਂ ਹੋਏਗਾ ਨਹੀਂ ਮੈਂ ਇਹ ਪੁੱਛਣਾ ਚਾਹਾਂਗਾ ਕਿੰਦਾਂ ਦਾ ਕਰਪਸ਼ਨ ਕਰਦੀ ਹੈ ਆਫਟਰ ਆਲ ਕਰਪਸ਼ਨ ਹੈ ਕਿਵੇਂ ਕਿਵੇਂ ਹੁੰਦੀ ਹੈ ਥੋੜਾ ਗਾਈਡ ਕਰੋ ਆਮ ਜਨਤਾ ਨੂੰ ਵੀ ਪਤਾ ਲੱਗੇ ਕਿ ਕਿੰਦਾਂ ਉਹਨਾਂ ਦੀ ਜੇਬ ਕੱਟੀ ਜਾ ਰਹੀ ਹੈ ਕੱਟੀ ਜਾਂਦੀ ਹੈ ਜੀ ਜਦੋਂ ਆਪਣਾ ਕਰੂਡ ਆਇਲ ਜੀ ਵੱਡੇ ਸ਼ਿਪਾਂ ਚ ਆਂਦਾ ਹੈ ਸਭ ਤੋਂ ਪਹਿਲਾਂ ਉਹ ਫੁੱਲ ਪ੍ਰੂਫ ਸਿਸਟਮ ਨਹੀਂ ਹੈ ਉਹਦੇ ਚ ਜੇ इवन 5 ਸੈਂਟ ਜਿਹੜਾ ਕਿ ਅਮਰੀਕਨ ਕਰੰਸੀ ਦੇ ਵਿੱਚ ਵੀ ਗੜਬੜ ਹੋ ਜਵੇ ਤੁਸੀਂ ਦੇਖ ਲਓ ਵੋਲਿਊਮ ਦੇ ਮੁਤਾਬਿਕ ਕਿੰਡੀ ਵੱਡੀ ਕਰਪਸ਼ਨ ਹੈ ਠੀਕ ਹੈ ਜੀ ਠੀਕ ਹੈ ਜੀ ਉਹ ਪੈਸੇ ਉੱਥੋਂ ਨਿਕਲਦੇ ਯਾਨੀ ਕਿ ਲੀਕੇਜ ਦੇ ਵਿੱਚ ਇੰਨੀ ਜ਼ਿਆਦਾ ਹੈ ਇੰਨੀ ਜ਼ਿਆਦਾ ਲੀਕੇਜ ਹੈ ਨਾ ਰਹਿਰਾਬ ਦਾ ਨਾਮ 1978 1 ਫਰਵਰੀ ਨੂੰ ਲਾਗੂ ਹੋਣਾ ਸੀਗਾ ਡੀਲਰਸ ਨੂੰ ਟੈਂਪਰੇਚਰ ਵੇਰੀਏਸ਼ਨ ਦਾ ਲਾਅ ਮੇਰੇ ਕੋਲ ਪ੍ਰੂਫ ਨੇ ਮੈਂ ਸਾਰੇ ਮੈਂਬਰ ਆਫ ਪਾਰਲੀਮੈਂਟ ਸਾਈਬਾ ਨੂੰ ਇਹਦੀ ਮੇਲ ਪਾ ਚੁੱਕਾ ਹੈ ਸਾਢੇ 3-4 ਸਾਲ ਤੋਂ ਮੈਂ ਮੁੱਦਾ ਚੱਕਿਆ ਹੋਇਆ 2017 ਤੋਂ ਚੱਕਿਆ ਹੋਇਆ ਸਾਢੇ 3 ਸਾਲ 4 ਸਾਲ ਤੋਂ ਹੀ ਚੀਫ ਵਿਜੀਲੈਂਸ ਕਮਿਸ਼ਨ ਨੇ ਔਇਲ ਕੰਪਨੀ ਨੂੰ ਨੋਟਿਸ ਵੀ ਗੱਡਿਆ ਹੋਇਆ ਅੱਜ ਤੱਕ ਮੈਨੂੰ ਉਹਦਾ ਜਵਾਬ ਨਹੀਂ ਆਇਆ ਜੀ ਵੀ ਟੈਂਪਰੇਚਰ ਵੇਰੀਏਸ਼ਨ ਦਾ ਮੁੱਦਾ ਹੈ ਇਸ ਤਰ੍ਹਾਂ 12 ਕਿਲੋ ਦੀ ਗੱਡੀ ਦੇ ਮਗਰ ਘੱਟੋ-ਘੱਟ ਡੀਲਰ ਨੂੰ 40 ਤੋਂ 45 ਲੀਟਰ ਦਾ ਲਾਸ ਹੈ ਇੱਕ ਸਾਇੰਟਿਫਿਕ ਫਾਰਮੂਲਾ ਹੈ ਕਿ ਐਨੇ ਡਿਗਰੀ ਟੈਂਪਰੇਚਰ ਦੇ ਉੱਤੇ ਤੁਸੀਂ ਮਾਲ ਇਨਾ ਦੇਣਾ ਜੋ ਕਿ ਹਾਲੇ ਤੱਕ ਲਾਗੂ ਨਹੀਂ ਹੋਇਆ ਜਦੋਂ ਇੰਟਰਾ ਕੰਪਨੀ ਟਰੇਡਿੰਗ ਕਰਦੇ ਨੇ ਆਪਸ ਟ੍ਰਾਂਜੈਕਸ਼ਨ ਕਰਦੇ ਨੇ ਗਵਰਨਮੈਂਟ ਆਫ ਇੰਡੀਆ ਦੀ ਜਿੰਨੀਆਂ ਵੀ ਸਾਡੀ ਜਿਵੇਂ ਰੇਲਵੇ ਹੋਈ ਜਾਂ ਆਰਮੀ ਹੋਈ ਸਪਲਾਈਜ਼ ਨੇ ਉਹ ਫਾਰਮੂਲਾ ਲਾਗੂ ਹੈ ਲੇਕਿਨ ਜਿਹੜੇ ਇਹਨਾਂ ਦੇ ਆਪ ਦੇ ਡੀਲਰ ਨੇ ਇੰਡੀਆ ਦੇ ਵਿੱਚ ਉਹਨਾਂ ਦੇ ਉੱਤੇ ਫਾਰਮੂਲਾ ਲਾਗੂ ਨਹੀਂ ਹੈ ਉਹ 40 ਤੋਂ 45 ਲੀਟਰ ਜਿਹੜਾ ਮਾਲ ਬਚਦਾ 12 ਕਿਲੋ ਦੇ ਮਗਰ ਉਹ ਕਿਦੀ ਜੇਬ ਚ ਜਾਂਦਾ ਜੀ ਜਦੋਂ ਉਹੀ ਬਚਣਾ ਸਟਾਰਟ ਹੋ ਜੇ ਆਇਲ ਕੰਪਨੀ ਦਾ ਪ੍ਰੋਫਿਟ 20% ਮੈਂ ਲਿਖ ਕੇ ਦਿੰਨਾ ਤੁਹਾਨੂੰ ਵੱਧ ਜਾਏਗਾ ਜੀ ਥੋੜੀ ਜੀ ਸਖਤਾਈ ਦੀ ਜ਼ਰੂਰਤ ਹੈ ਸੋ ਇਹ ਜਿਹੜੀ ਕਰਪਸ਼ਨ ਹੋ ਰਹੀ ਹੈ ਇਹ ਚੋਰੀ ਹੋ ਰਹੀ ਹੈ ਜਿੱਦਾਂ ਤੁਸੀਂ ਦੱਸ ਰਹੇ ਹੋ ਤਾਂ ਤੁਸੀਂ ਕਹਿ ਰਹੇ ਹੋ ਕਿ ਖੁਦ ਆਇਲ ਕੰਪਨੀਆਂ ਦੇ ਅਧਿਕਾਰੀ ਕਰ ਰਹੇ ਆ ਇੱਕ ਤਰ੍ਹਾਂ ਦੀ ਚੇਅਰਮੈਨ ਜੇ ਰੱਖ ਸਾਡਾ ਰਿਟਾਇਰ ਹੁੰਦਾ ਨਾ ਜੀ ਜੇ ਪ੍ਰੋਪਰ ਵੇ ਨਾਲ ਉਹਦੀ ਰਿਟਾਇਰਮੈਂਟ ਅੱਜ ਉਹਦੀ ਵਿਜੀਲੈਂਸ ਹੋ ਜਾਵੇ ਨਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਤੁਹਾਨੂੰ ਸੁਣ ਕੇ ਹੈਰਾਨਗੀ ਹੋਏਗੀ ਅਸੀਂ ਆ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਨੂੰ ਲੁਧਿਆਣੇ ਤੋਂ ਨੂੰ ਰੋ ਰਹੇ ਨੇ ਜੇ ਸਾਡੇ ਇੰਡੀਅਨ ਆਇਲ ਭਾਰਤ ਪੈਟਰੋਲੀਅਮ ਜਾਂ ਹਿੰਦੁਸਤਾਨ ਪੈਟਰੋਲੀਅਮ ਦੇ ਜਿਹੜੇ ਰਿਟਾਇਰਡ ਚੇਅਰਮੈਨ ਨੇ ਨਾ ਜਿੰਨਾਂ ਦੀ ਤੁਸੀਂ ਪ੍ਰੋਪਰ ਵੈਨਲ ਇਨਵੈਸਟੀਗੇਸ਼ਨ ਕਰ ਲੋ ਨਾ ਇਹਨਾਂ ਦੀ ਨੈਟ ਵਰਥ ਤੁਸੀਂ ਦੇਖ ਕੇ ਡੰਗ ਦੇ ਡੰਗ ਰਹਿ ਜਾਓਗੇ ਜੀ ਮੈਂ ਇਹ ਪੁੱਛਣਾ ਚਾਹਾਂਗਾ ਕਿ ਇਹ ਸਾਰਾ ਦਾਰੂਮਦਾਰ ਜੇ ਕੁੰਬਾ ਇੰਨਾ ਮਿਲਿਆ ਹੋਇਆ ਤੇ ਕਿਤੇ ਕੋਈ ਜਾਂਚ ਹੁੰਦੀ ਨਹੀਂ ਨਾ ਕਿਤੇ ਆਪਾਂ ਗਲਤ ਆ ਕਰਦੇ ਇੱਕ ਪਾਸੇ ਈਡੀ ਦੀ ਗੱਲ ਕਰਦੇ ਆ ਇੱਕ ਪਾਸੇ ਸੀਬੀਆਈ ਦੀ ਗੱਲ ਕਰਦੇ ਆ ਵਿਜੀਲੈਂਸ ਦਾ ਨਾਮ ਤੁਸੀਂ ਖੁਦ ਹੀ ਲੈ ਦਿੱਤਾ ਤੇ ਕੀ ਆਮ ਜਨਤਾ ਦੀ ਜੇਬ ਇਦਾਂ ਹੀ ਕੱਟੀ ਜਾਂਦੀ ਰਹੇਗੀ ਕੀ ਇਹਦਾ ਕੋਈ ਹੱਲ ਨਹੀਂ ਹੈਗਾ ਰਾਮ ਮਿਲਾਈ ਜੋੜੀ ਤੇ ਇੱਕ ਅੰਨਾ ਤੇ ਇੱਕ ਕੋੜੀ ਜੀ ਇਹਦੇ ਵਿੱਚ ਮੈਂ ਸਭ ਕੁਝ ਕਹਤਾ ਜੀ ਕਿਹੜਾ ਐਮਪੀ ਹੈ ਜੀ ਦੇ ਕੋਲ ਪੰਪ ਨਹੀਂ ਹੈ ਕਿਹੜਾ ਐਮ ਐਲ اے ਹੈ ਜਿਹਦੇ ਕੋਲ ਪੰਪ ਨਹੀਂ ਹੈ ਜੀ ਜੇ ਆਰਟੀਆਈ ਲਾਈ ਜਾਵੇ ਜੀ ਸਾਡੇ ਕੋਲ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਆ ਜਾਂਦਾ ਮੈਂ ਪੁੱਛਣਾ ਚਾਹਾਂਗਾ ਜਿਵੇਂ ਤੁਸੀਂ ਕਿਹਾ ਕਿ ਪੈਟਰੋਲ ਤੁਸੀਂ ਕਿ ਸਾਨੂੰ ਡਾਕੂਮੈਂਟ ਦੇ ਆਧਾਰ ਤੇ ਕਿਹਾ ਹੈ ਕਿ ਇੱਕ ਜਿਹੜਾ 1978 ਦੇ ਵਿੱਚ ਇੱਕ ਟੈਂਪਰੇਚਰ ਜਿਹੜਾ ਵੇਰੀਏਸ਼ਨ ਦਾ ਉਹ ਐਕਟ ਲਾਗੂ ਹੋਣਾ ਚਾਹੀਦਾ ਸੀ ਇੰਪਲੀਮੈਂਟ ਹੋਣਾ ਚਾਹੀਦਾ ਸੀ ਡੀਲਰਾਂ ਦੇ ਹੱਕ ਚ ਪਰ ਕਿਤੇ ਨਾ ਕਿਤੇ ਚਾਹੇ ਜੇ ਐਮਪੀ ਦੀ ਵੀ ਹੈ ਐਮਪੀ ਕੋ ਲਈ ਪੈਟਰੋਲ ਪੰਪ ਹੈ ਤੇ ਜੇ ਤਾਂ ਐਮਪੀ ਦੀ ਵੀ ਕੱਟੀ ਜਾ ਰਹੀ ਹੈ ਪੈਸੇ ਤਾਂ ਉਹੀ ਜ਼ਿਆਦਾ ਭੁਗਤ ਰਿਹਾ ਹੈਗਾ ਉਹ ਪਰ ਕੁੱਲ ਮਿਲਾ ਕੇ ਐਮਪੀ ਜਾਂ ਕੋਈ ਵੀ ਰਾਜਨੇਤਾ ਜਿਹਨੂੰ ਵੀ ਪੈਟਰੋਲ ਪੰਪ ਮਿਲ ਗਿਆ ਆਫਟਰ ਆਲ ਉਹਦੀ ਵੀ ਤਾਂ ਜੇਬ ਕੱਟੀ ਜਾ ਰਹੀ ਹੈ ਨਾ ਪੈਸੇ ਤਾਂ ਉਹ ਵੀ ਜ਼ਿਆਦਾ ਪੇ ਕਰ ਰਹੇ ਫਿਰ ਉਹ ਕਿਉਂ ਨਹੀਂ ਬੋਲ ਰਹੇ ਉਹ ਇਸ ਕਰਕੇ ਨਹੀਂ ਬੋਲ ਰਹੇ ਕਿਉਂਕਿ ਉਹਨਾਂ ਨੇ ਇਹ ਜਿਹੜੇ ਬਿਜ਼ਨੈਸਸ ਸ਼ੌਕੀਆ ਤੌਰ ਤੇ ਰੱਖੇ ਸਾਡੀ ਰੋਜ਼ੀ ਰੋਟੀ ਹੈ ਜੀ ਉਹਨਾਂ ਕੋਲ ਹੋਰ ਬਥੇਰੇ ਸੋਰਸਸ ਹੈ ਇਨਕਮ ਦੇ ਉਹਨਾਂ ਕੋਲ ਪੰਪ ਚਲਾਉਣ ਜੋਗਾ ਟਾਈਮ ਨਹੀਂ ਹੈ ਕਿਉਂਕਿ ਉਹ ਸਾਡੀ ਪਾਰਲੀਮੈਂਟ ਚਲਾ ਰਹੇ ਨੇ ਬਿਲਕੁਲ ਠੀਕ ਹੈ ਠੀਕ ਹੈ ਉਹ ਇਗਨੋਰੈਂਟ ਨਹੀਂ ਚੀਜ਼ਾਂ ਬਾਰੇ ਮਤਲਬ ਅਸੀਂ 1939 ਤੋਂ ਡੀਲਰ ਹੈ ਮੇਰੇ ਬਾਪ ਦਾਦਾ ਪਰਦਾਦਾ ਮੇਰੇ ਕੋਲ ਡਾਕੂਮੈਂਟਰੀ ਐਵੀਡੈਂਸ ਪਈ ਹੈ ਔਰ ਮੈਂ ਚੌਥੀ ਪੋਸਤਾਂ ਇਸ ਲਾਈਨ ਦੇ ਵਿੱਚ ਸਾਡੀ ਇਹ ਰੋਜੀ ਰੋਟੀ ਹੈ ਅਸੀਂ ਇੱਕ ਇੱਕ ਇਹਨਾਂ ਦੀ चीज इक इक ਇਹਨਾਂ ਦੇ ਕਦਮ ਨੂੰ ਜਾਣ ਚੁੱਕੇ ਆਂ ਜਾਣਦੇ ਆਂ ਲੇਕਿਨ ਗੱਲ ਇਹ ਹੈ ਹੂ ਵਿਲ ਬੈਲ ਦ ਕੈਟ ਪਰਕਿਉਜ਼ ਰੀਜ਼ਨ ਬੀਇੰਗ ਇਸ ਸਾਨੂੰ ਜਸਟਿਸ ਨਹੀਂ ਮਿਲਦਾ ਸਰ ਮੈਂ ਪੁੱਛਣਾ ਚਾਹਾਂਗਾ ਜਿਹੜੀਆਂ ਚੋਰੀਆਂ ਹੋ ਰਹੀਆਂ ਜਿੱਦਾਂ ਪਰ ਸਟੈਪ ਵਾਈਜ਼ ਤੁਸੀਂ ਦੱਸਿਆ ਕਿ ਸਟੈਪ ਵਾਈਜ਼ ਚੋਰੀ ਹੋ ਜਾਂਦੀ ਹੈ ਤੇ ਆਮ ਜਨਤਾ ਨੂੰ 20 ਤੋਂ 25 ਰੁਪਏ ਐਕਸਟਰਾ ਤੇਲ ਮਿਲ ਰਿਹਾ ਅੱਜ ਹਾਲਾਤ ਇਦਾਂ ਦੇ ਹੋ ਗਏ ਆਮ ਜਨਤਾ ਦੇ ਕੋਲ ਪੈਸਾ ਹੀ ਨਹੀਂ ਬਚਿਆ ਉਹ ਰੋਜ਼ਮਰਗੀ ਜ਼ਿੰਦਗੀ ਚ ਜਿਹੜਾ ਫਸ ਕੇ ਰਹਿ ਗਿਆ ਉਹ ਰੋਜ਼ ਦੀਆਂ ਜ਼ਰੂਰਤਾਂ ਹੀ ਪੂਰੀਆਂ ਕਰਨ ਚ ਰਹਿ ਗਈ ਉਹਦੀ ਸੈਲਰੀ ਜਾਂ ਉਹਦੀ ਇਨਕਮ ਖਤਮ ਹੋਈ ਜਾ ਰਹੀ ਹੈ ਤੁਸੀਂ ਵੀ ਇੱਕ ਪੈਟਰੋਲੀਅਮ ਡੀਲਰ ਹੈ ਤੁਸੀਂ ਇੰਨਾ ਖੁਲਾਸਾ ਇੰਨਾ ਬੇਬਾਕੀ ਨਾਲ ਬੋਲਦੇ ਪਏ ਹੋ ਤੁਹਾਨੂੰ ਡਰ ਨਹੀਂ ਲੱਗਦਾ ਕਿ ਕਿਤੇ ਤੁਹਾਡੇ ਵੀ ਕੋਈ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਅ ਮਤਲਬ ਤੁਹਾਡੇ ਦੇ ਵੀ ਤਾਂ ਕਰ ਸਕਦੇ ਤੁਹਾਨੂੰ ਵੀ ਕੋਈ ਡਿਫਾਲਟ ਕਰ ਸਕਦੇ ਆ ਤੁਹਾਡੇ ਤੇ ਕੋਈ ਐਕਸ਼ਨ ਲੈ ਸਕਦੇ ਆ ਇਹ ਹਿੰਦੂਸਤਾਨ ਪੈਟਰੋਲੀਮ ਨੇ ਉਪਰਮ ਪਿਤਾ ਪਰਮਾਤਮਾ ਤੋਂ ਵੱਡਾ ਕੋਈ ਨਹੀਂ ਹੈ ਜੀ ਇਹਨਾਂ ਦੇ ਵਸ਼ ਵਿੱਚ ਹੁੰਦਾ ਹੈ ਤਾਂ ਮੈਨੂੰ ਕਦ ਦਾ ਮਾਰ ਚੁੱਕੇ ਹੁੰਦੇ ਇਹ ਸੰਦੀਪ ਜੀ ਅਸੀਂ ਭੁੱਲ ਜਾਂਦੇ ਆ ਕਿ ਜਦੋਂ ਇੱਕ ਵਾਰ ਅਸੀਂ ਮਰ ਗਏ ਦੁਆਰਾ ਅਸੀਂ ਜਿੰਦੇ ਨਹੀਂ ਹੋਣਾ ਜੀ ਉਹ ਉੱਪਰ ਬੈਠਾ ਨੀਲੀ ਛਤਰੀ ਵਾਲਾ ਇਹ ਜਨਮ ਮਰਨ ਸਭ ਕੁਝ ਉਹਦੇ ਹੱਥ ਬਿਲਕੁਲ ਠੀਕ ਹੈ ਜੀ ਮੈਂ ਬੇਬਾਕ ਇਸ ਕਰ ਕੀ ਹੈ ਕਿਉਂਕਿ ਮੈਨੂੰ ਪਤਾ ਹੈ ਵੀ ਇਨਾਂ ਲੋਗਾਂ ਦੇ ਜਿੰਨੀ ਵੀ ਇਹਨਾਂ ਦੀਆਂ ਕਾਰਗੁਜ਼ਾਰੀਆਂ ਇਹਨਾਂ ਦੀ ਕਰਤੂਤਾ ਹੈ ਇਹਨਾਂ ਨੂੰ ਵੀ ਪਤਾ ਹੈ ਵੀ ਮੇਰੇ ਕੋਲ ਹੈ ਜੀ ਔਰ ਇਹ ਪੜਕਦਾ ਔਰ ਇਹ ਪੜਕੇਗਾ ਇਹਨਾਂ ਨੇ ਤਾਂ ਸਾਡੇ ਦੋ ਡੀਲਰ ਹਰਿਆਣੇ ਦੇ ਵਿੱਚ ਸੁਸਾਇਡ ਕਰ ਚੁੱਕੇ ਆ ਉਹਨਾਂ ਦੇ ਅਫਸਰਾਂ ਦੇ ਨਾਮ ਨੇ ਦਰਜ ਐਫ ਆਈ ਆਰ ਦੇ ਵਿੱਚ ਉਹ ਸੁਸਾਇਡ ਦੀ ਐਫ ਆਈ ਆਰਾਂ ਵੀ ਇਹਨਾਂ ਨੇ ਬੰਦ ਕਰਾਤੀਆਂ ਔਰ ਉਹ ਦੋ ਅਫਸਰਾਂ ਨੂੰ ਹਿੰਦੁਸਤਾਨ ਪੈਟਰੋਲੀਅਮ ਵਾਲਿਆਂ ਨੇ ਪ੍ਰੋਮੋਸ਼ਨਾਂ ਦੇ ਦਿੱਤੀਆਂ ਤੁਸੀਂ ਕਿੱਥੇ ਬੈਠੇ ਆ ਤੁਸੀਂ ਮੈਂ ਪਿਛਲੇ ਸੋਮਵਾਰ ਗ੍ਰਾਮ ਮੰਤਰੀ ਹਰਿਆਣਾ ਨੂੰ ਮਿਲ ਕੇ ਆਇਆ ਅਨਿਲ ਵਿਜਜੀ ਨੂੰ ਆ ਤੁਹਾਨੂੰ ਮੈਂ ਦਿਖਾਇਆ ਉਹਨਾਂ ਦੇ ਆਫਿਸ ਤੋਂ ਨੋਟੀਫਿਕੇਸ਼ਨ ਆਇਆ ਕੇਸ ਰੀਓਪਨ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਆ ਲੇਕਿਨ ਇਹਨਾਂ ਦੇ ਦਿਮਾਗ ਚ ਕਿੰਨਾ ਕੁ ਲੜ ਲੇਗਾ ਕਿੰਨਾ ਕੁ ਭੱਜ ਲਏਗਾ ਇਹ ਤਾਂ ਐਡਾ ਵੱਡਾ ਕੁੰਬਾ ਤੇ ਇਹ ਇਕੱਲਾ ਲੇਕਿਨ ਮੈਂ ਗੁਰਗੋਬਿੰਦ ਸਿੰਘ ਜੀ ਦੀ ਧਰਤੀ ਤੋਂ ਆ ਸਵਾ ਲੱਖ ਸੇ ਇੱਕ ਲੜਾਉ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਦਾ ਚੇਲਾ ਕਹਾਉ ਜੀ ਠੀਕ ਹੈ ਸਰ ਥੈਂਕ ਯੂ ਸਰ ਸੋ ਦੋਸਤੋ ਇਹ ਸਿਗੇ ਸਾਡੇ ਨਾਲ ਜਿਹੜੇ ਵਿਕਰਮਦਰ ਜੀ ਜਿਨ੍ਹਾਂ ਨੇ ਇੱਕ ਬਹੁਤ ਵੱਡਾ ਹੈਰਾਨੀ ਜਨਕ ਖੁਲਾਸਾ ਕੀਤਾ ਹੈ ਇਹਨਾਂ ਤੋਂ ਅਸੀਂ ਨੋਟੀਫਿਕੇਸ਼ਨ ਵੀ ਜ਼ਰੂਰ ਲਵਾਂਗੇ ਪਰ ਬੜੀ ਹੈਰਾਨੀ ਜਨਕ ਗੱਲ ਹੈ ਕਿ ਸਰਕਾਰ ਨਹੀਂ ਬਲਕਿ ਟੈਕਸ ਦੇਣ ਦੇ ਬਾਵਜੂਦ ਇੱਕ ਜਿਹੜੇ ਪੈਟਰੋਲੀਅਮ ਕੰਪਨੀਆਂ ਦੇ EMPLOYEES ਵੱਲੋਂ ਜਾਂ ਪੈਟਰੋਲੀਅਮ ਕੰਪਨੀਆਂ ਵੱਲੋਂ ਹੀ ਇੱਕ ਇਹ ਜੀ ਕਰਪਸ਼ਨ ਕੀਤੀ ਜਾ ਰਹੀ ਹੈ ਜਿਸ ਬਾਅਦ ਜੇ ਉਹ ਕਰਪਸ਼ਨ ਖਤਮ ਹੋ ਜਾਂਦੀ ਹੈ ਤਾਂ ਆਮ ਜਨਤਾ ਨੂੰ ਮੈਨੂੰ ਤੁਹਾਨੂੰ ਸਾਨੂੰ ਸਭ ਨੂੰ ਜਿਹੜਾ ਪੈਟਰੋਲ ਡੀਜ਼ਲ ਹੈ ਜਿਹੜੇ ਜਿੱਥੋਂ ਮੇਨ ਮਹਿੰਗਾਈ ਸ਼ੁਰੂ ਹੁੰਦੀ ਹੈ ਜਿਹਨੂੰ ਮਹਿੰਗਾਈ ਦਾ ਬੇਸ ਬਣਿਆ ਆਧਾਰ ਮੰਨਿਆ ਜਾਂਦਾ ਹੈ ਉਹ ਪੈਟਰੋਲ ਤੇ ਡੀਜ਼ਲ ਬੀ ਤੋ 25 ਰੁਪਏ ਸਸਤਾ ਮਿਲ ਸਕਦਾ ਹੈ ਸੋ ਜੇ ਇਹ ਸਾਰੀਆਂ ਗੱਲਾਂ ਹੈਗੀਆਂ ਤੇ ਸਰਕਾਰ ਕਿਉਂ ਨਹੀਂ ਐਕਸ਼ਨ ਕਰਦੀ ਸਰਕਾਰਾਂ ਕਿਉਂ ਨਹੀਂ ਜਾਗਦੀਆਂ ਔਰ ਆਮ ਜਨਤਾ ਨੂੰ ਅਸੀਂ ਵਿਕਰਮ ਜੀ ਦੇ ਨਾਲ ਇਹ ਚੀਜ਼ਾਂ ਨੂੰ ਲੈ ਕੇ ਰੈਗੂਲਰ ਇਹ ਮੁੱਦੇ ਨੂੰ ਚੱਕਦੇ ਰਵਾਂਗੇ ਤਾਂ ਕਿ ਆਮ ਜਨਤਾ ਨੂੰ ਇਹ ਜਿਹੜਾ ਪੈਟਰੋਲ ਤੇ ਡੀਜ਼ਲ ਹੈ ਇਹ ਸਸਤਾ ਮਿਲ ਸਕੇ ਉਹਨਾਂ ਦਾ ਹੱਕ ਮਿਲ ਸਕੇ ਫਿਲਹਾਲ ਲੈਨੇ ਇਜਾਜ਼ਤ ਦੇਖਦੇ ਰਹੋ ਬਨੇ ਰਹੋ ਜਾਨੇ ਤੇ ਸ਼ੁਕਰੀਆਵਾਦ यदि आपको हमारी यह वीडियो पसंद आई तो हमारे चैनल को लाइक शेयर और सब्सक्राइब करें ऐसी और अपडेट्स देखने के लिए बेल आइकॉन जरूर दबाएं